ਮੈਂ ਦੱਸਣਾ ਇਹਨਾਂ ਨੂੰ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਮੌਜੂਦ ਆ ਜੀ ਅਸੀਂ ਅੱਜ ਪਿੰਡ ਭੋਏਵਾਲ ਜਿੱਥੇ ਪਿਛਲੇ ਐਤਵਾਰ ਇੱਕ ਸ਼ਾਨਦਾਰ ਟੂਰਨਾਮੈਂਟ ਸ਼ੁਰੂ ਹੋਇਆ ਸੀ ਬਾਰਿਸ਼ ਦੀ ਵਜ੍ਹਾ ਤੋਂ ਟੂਰਨਾਮੈਂਟ ਜਿਹੜਾ ਤਾਖੀਰ ਦਾ ਸ਼ਿਕਾਰ ਹੋ ਗਿਆ ਅੱਜ ਦੁਬਾਰਾ ਸ਼ੁਰੂ ਹੋ ਰਿਹਾ ਹੈ ਅੱਠ ਟੀਮਾਂ ਨੇ ਸ਼ਿਰਕਤ ਕੀਤੀ ਸੀ ਅੱਜ ਦੋ ਸੈਮੀਫਾਈਨਲ 'ਚ ਪਹੁੰਚੀਆਂ ਟੀਮਾਂ ਜਿਹੜਾ ਉਹ ਦੋ ਸੈਮੀਫਾਈਨਲ 'ਚ ਚੱਲਣਗੀਆਂ ਕੱਲ੍ਹ ਇਸ ਈਵੈਂਟ ਦਾ ਫਾਈਨਲ ਹੋਏਗਾ ਸਾਡੇ ਨਾਲ ਮੌਜੂਦ ਨੇ ਇੰਟਰਨੈਸ਼ਨਲ ਕਬੱਡੀ ਰੈਡੀ ਜੋਏ ਪੁੱਗਾ ਸਾਹਿਬ ਅਤੇ ਸਾਡੇ ਸਾਬਕਾ ਕਬੱਡੀ ਪਲੇਅਰ اتنے پہلے ہار گئی ہیں چار ٹیمیں سیمی فائنل پہنچ گئی ہیں چاروں ٹیمیں بہت برابر کی ہیں اس میں کوئی بھی جیت سکتی ہے اس میں یہ نہیں کہ ایک ون سائڈ میچ تو ایک اس علاقے واسطے مثالی میچ ہو رہے ہیں علاقے کے بڑے کے فروغ واسطے بہت اچھا ਸਾਡੇ ਸਾਬਕਾ ਕਬੱਡੀ ਪਲੇਅਰ ਜੀ ਮਨ ਬਾਜੇ ਸਾਹਿਬ ਨੇ ਜਿਹਨਾਂ ਨਾਲ ਕਰਨੇ ਸੀ ਅੱਜ ਵੀ ਕਬੱਡੀ ਦੇ ਮਾਮਲੇ ਨਾਲ ਵੀ ਸਾਡੇ ਨਾਲ ਦੇ ਇਲਾਕੇ ਬੜਾ ਅੱਛਾ ਇਵੈਂਟ ਕਰਾ ਰਹੇ ਨੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਇਵੈਂਟ ਵਕਤ ਵਕਤ ਤਾਂ ਕਿ ਲੜਕਿਆਂ ਨੂੰ ਸ਼ੌਕ ਪੈਦਾ ਹੋਵੇ ਔਰ ਆਪਣੇ ਸਿਹਤ ਵਾਸਤੇ ਤੁਸੀਂ ਆਪਣਾ ਖਿਆਲ ਕਰਨ ਨਸ਼ੇ ਵਗੈਰਾ ਤੋਂ ਬਚਣ ਅਤੇ ਆਪਣੀ ਸਿਹਤ ਸਹੀ ਹੋ ਜਾਏ ਇਲਾਕੇ ਵਾਸਤੇ ਵੀ ਬਿਹਤਰੀ ਹੈ ਲੋਕਾਂ ਦੇ ਰਵੱਈਏ ਵੀ ਅੱਛੇ ਹੋ ਜਾਂਦੇ ਨੇ ਇੱਕ ਦਿਨ ਮਿਲਣ ਦਾ ਮੌਕਾ ਵੀ ਮਿਲ ਜਾਂਦਾ ਪੁਰਾਣੇ ਖਿਡਾਰੀ ਵੀ ਇੱਥੇ ਇਕੱਠੇ ਹੋ ਜਾਂਦੇ ਅੱਗੇ ਕੋਈ ਵੀ ਨਿਸ਼ਾਨਾ ਤਾਂ ਰੱਖੋ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਕਤ ਵਕਤ ਗੁਜ਼ਰ ਰਹੇ ਚਾਹੀਦੇ ਨੇ ਲੋਕ ਜਿਹੜੇ ਫੁੱਲੀਆਂ ਨੂੰ ਚਾਹ ਦੇ ਉਹਨਾਂ ਨੂੰ ਵੀ ਚਾਹੀਦਾ ਵੀ ਇਲਾਕੇ ਦੇ ਇਸ ਕਬੱਡੀ ਨੂੰ ਫਰੋਗ ਦੇਣ ਵਾਸਤੇ ਪੂਰਾ ਪੂਰਾ ਤਾਮਣ ਕਰਨ ਬਹੁਤ ਸ਼ੁਕਰੀਆ ਜੀ ਮਾਸ਼ਾਅੱਲਾ ਜੀ ਆਪਣਾ ਜੀ ਅਸਲ ਜਿਹੜੀ ਅਸਲ ਕਬੱਡੀ ਦੀ ਹਕੀਕਤ ਇਹਨਾਂ ਨੇ ਬਿਆਨ ਕੀਤੀ ਹੈ ਸਾਡੇ ਨਾਲ ਮੌਜੂਦ ਨੇ ਜੀ ਸਾਬਕਾ ਕਬੱਡੀ ਪਲੇਅਰ ਉਹਨਾਂ ਰਹਿਣ ਸਾਡੇ ਸਾਬਰ ਲਾਜਵਾ ਸਾਹਿਬ ਦੇ ਸਾਡੇ ਮੋਹਤਰਮ ਜੀ ਨੇ ਅਤੇ ਇਹਦਾ ਤਬੀਅਤ ਇਹਨਾਂ ਦੀ ਖਰਾਬ ਇਸ ਵਾਰ ਦੀ ਗੱਲ ਨਹੀਂ ਕਰ ਸਕਦੇ ਜੀ ਅਸੀਂ ਅੱਛਾ ਸਰ ਮਤਲਬ ਬੱਚਾ ਸਾਹਿਬ ਮੈਂ ਗੱਲ ਕਰਾਂਗਾ ਜੀ ਹਾਂਜੀ ਕਬੱਡੀ ਦਾ ਮੈਚ ਬਹੁਤ ਅੱਛਾ ਹੋ ਰਿਹਾ ਟੂਰਨਾਮੈਂਟ ਸ਼ੁਰੂ ਹੋਇਆ ਜਿਹਦੇ 'ਚ ਅੱਠ ਟੀਮਾਂ ਦਾ ਜਿਹਦੇ 'ਚ ਛੇ ਟੀਮਾਂ ਪਹੁੰਚਣਗੀਆਂ ਬਹਰਹਾਲ ਇਹ ਮੈਚ ਜਿਹੜੇ ਖੇਡਣੇ ਚਾਹੀਦੇ ਨੇ ਕਿਉਂਕਿ ਬੱਚਿਆਂ ਦਾ ਸ਼ੌਕ ਵਧੇ ਅੱਗੇ ਬੱਚੇ ਤਿਆਰ ਹੋਣ ਨਸ਼ੇ ਤੋਂ ਬਚਣ ਆਪਣੇ ਆਪਣੀ ਜਾਨ ਨੂੰ ਫਿੱਟ ਰੱਖਣ ਖੇਡਣ ਆਪਣਾ ਸ਼ੌਕ ਜਿਹੜਾ ਨਾ ਪਾਲਾ ਕਰਨ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਪੰਜਾਬੀ ਨਾਲ ਸਾਡਾ ਪੰਜਾਬੀ ਚ ਗੱਲ ਕਰ ਲਓ ਤੇ ਤੁਸੀਂ ਬਸ ਸਾਡੇ ਨਾਲ ਗੱਲ ਸ਼ੇਅਰ ਕਰ ਦਿਓ ਤੁਹਾਡੀ ਕਬੱਡੀ ਚ ਤੇ ਹੋਰ ਦੀ ਕਬੱਡੀ ਨਾਲ ਕੀ ਫਰਕ ਕਰਦੇ ਹੋ ਬਈ ਸੋਹਣੇ ਹੋ ਇੱਕ ਵਜੇ ਇੱਥੇ ਪਾਲੇ ਇੱਧਰ ਹੋ ਜਾਓ ਮੇਰੇ ਨਾਲ ਆਇਆ ਮੌਜੂਦ ਨੇ ਜੀ ਸਾਡੇ ਨਾਲ ਇੰਟਰਨੈਸ਼ਨਲ ਕਬੱਡੀ ਰੈਫਰੀ ਜਵੇਦ ਭੁੱਟਾ ਸਾਹਿਬ ਇਸ ਇਲਾਕੇ ਦੀ ਸ਼ਾਨ ਅਕਸਰ ਤੁਹਾਨੂੰ ਵਰਲਡ ਕੱਪ ਦੇ ਮੈਚਿਸ ਨੈਸ਼ਨਲ ਦੇ ਮੈਚਿਸ ਅੰਪਾਇਰਿੰਗ ਕਰਦੇ ਨਜ਼ਰ ਆਉਂਦੇ ਨੇ ਆਖਰ ਤੇ ਮਾਈਕ ਇਹਨਾਂ ਦੇ ਸਪੁਰਦ ਕਰਨਾ ਵਾ ਕਿ ਸਾਡੇ ਨਾਦਰੀ ਨਾਲ ਅੱਜ ਦੇ ਮੈਚ ਨਾਲ ਔਰ ਪਲੇਅਰਾਂ ਦੇ ਹਵਾਲੇ ਦੇ ਨਾਲ ਕੀ ਗੱਲ ਕਰਨਾ ਚਾਹੁੰਦੇ ਇਹ ਜਿਹੜੇ ਅੱਜ ਦੇ ਦੋਵੇਂ ਸੈਮੀਫਾਈਨਲ ਨੇ ਇਨਸ਼ਾਅੱਲਾ ਤਾਲਾ ਕੋਈ ਟੀਮ ਹੀ ਜਿੱਤੇ ਬੜੇ ਕਾਂਟੇਦਾਰ ਦੋਵੇਂ ਸੈਮੀਫਾਈਨਲ ਨੇ ਅੱਗੇ ਜਿਹੜੇ ਮੈਚ ਹੋਏ ਸਨ ਉਹ ਵੀ ਬੜੇ ਕਾਂਟੇਦਾਰ ਹੋਏ ਨੇ ਇਨਸ਼ਾਅੱਲਾ ਸ਼ਕੂਰ ਸ਼ਰੀਫ ਜਿਹੜਾ ਹੈਗਾ ਕਬੱਡੀ ਦਾ ਗਾਰਡ ਹੈ ਬਾਕੀ ਇਨਸ਼ਾਅੱਲਾ ਤਾਲਾ ਮਿਹਨਤ ਕਰ ਰਹੇ ਹਾਂ ਮੈਂ ਅਰਸ਼ਦ ਦੇ ਭੋਇਆਲ ਤੋਂ ਬੜਾ ਵੱਡਾ ਪਲੇਅਰ ਹੋਇਆ ਇਹਨਾਂ ਦਾ ਭਾਈ ਅਸਲਮ ਸੀ ਅਕਰਮ ਸੀ ਇੰਨੇ ਭਰਾਵਾਂ ਨੇ ਬੜੀ ਕਬੱਡੀ ਜਿਹੜੀ ਬਾਕੀ ਇਨਸ਼ਾਅੱਲਾ ਤਾਲਾ ਅੱਲਾਹ ਤਾਲਾ ਇਹਨਾਂ ਨੂੰ ਮਿਹਨਤ ਦੇਵੇ ਇਹਨਾਂ ਨੇ ਕਬੱਡੀ ਜਿਹੜੀ ਹੈਗੀ ਇਹਨਾਂ ਆਪਣੀ ਜਾਰੀ ਰੱਖਣਾ ਇਨਸ਼ਾਅੱਲਾ ਤਾਲਾ ਸਾਡੇ ਮਾਣ ਹੈ ਸਾਡੇ ਇਲਾਕੇ ਦਾ ਬੜਾ ਵੱਡਾ ਇੱਕ ਪਲੇਅਰ ਉਸ ਤੋਂ ਬਾਅਦ ਅਸੀਂ ਆਪਣੀ ਜਿਹੜੀ ਕਬੱਡੀ ਹੈ ਨੂੰ ਜ਼ਿੰਦਾ ਰੱਖਣ ਵਾਸਤੇ ਜੋ ਕੁਝ ਹੋ ਰਿਹਾ ਇਨਸ਼ਾਅੱਲਾ ਤਾਲਾ ਕਰ ਰਿਹਾ ਕਲੈਪਿੰਗ ਕਰੋ ਯਾਰ ਸਟਾਫ ਕੋਲ ਅੱਛਾ ਤਾਂ ਠੀਕ ਹੈ ਅੱਲਾਹ ਤਾਲਾ ਅੱਜ ਜਿਹੜੇ ਮੈਚ ਨੇ ਕਾਮਯਾਬ ਹੋਣ ਅਤੇ ਪਲੇਅਰ ਜਿਹੜੇ ਹੈਗੇ ਨੇ ਅੱਛੇ ਖੇਡਣ ਸੱਠ ਫੇਟ ਤੋਂ ਅੱਲਾਹ ਤਾਲਾ ਇਹਨਾਂ ਨੂੰ ਬਚਾਏ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਮਨਜੀਤ ਸਿੰਘ ਜੀ ਅਤੇ ਮਿਲਣੇ ਜੀ ਤੁਹਾਨੂੰ ਕਬੱਡੀ ਦੇ ਮੈਦਾਨ ਜੀ ਜਿੱਥੇ ਥੋੜ੍ਹੀ ਦੇਰ ਬਾਅਦ ਪਹਿਲਾ ਸੈਮੀਫਾਈਨਲ ਸਾਬਰ ਲਾਭ ਦੀ ਟੀਮ ਦੇ ਦਰਮਿਆਨ ਜਿਹੜਾ ਉਹ ਇਨਸ਼ਾਅੱਲਾ ਸ਼ੁਰੂ ਹੋਏਗਾ ਦੂਜਾ ਸੈਮੀਫਾਈਨਲ ਜਿਹੜਾ ਉਹ ਭੋਏਵਾਲ ਬਾ ਮੁਕਾਬਲਾ ਪੱਤੋ ਅਤੇ ਵੇਖਦੇ ਰਹੋ ਮੇਰਾ